ਅਸਲਾਮੁਅਲੈਕਮ, ਕੀ ਹਾਲ ਜੀ? ਸਭ ਦਾ ਠੀਕ ਠਾਕ ਹੋ? ਅੱਛਾ ਅੱਛਾ ਜੀ, 10 ਮੁਹਰਮ ਅਤੇ ਅੱਜ ਅਸੀਂ ਜੀ ਦੇਖਦੇ ਜੀ ਹੁੰਦਾ ਕੀ ਹੈ। ਮੈਨੂੰ ਯਾਦ, ਮੈਂ ਮੁਹਰਮ ਕਦੇ ਇੱਥੇ ਹੋਇਆ ਹੋਵਾਂਦਾ ਜਾਂ ਛੋਟੇ ਹੁੰਦੇ ਸੀ, ਲੇਕਿਨ ਮੈਨੂੰ ਯਾਦ ਨਹੀਂ ਰਿਹਾ। ਪਤਾ ਪਾਣੀ ਪਿਆਲਦੇ ਹੁੰਦੇ ਸੀ ਸਭ ਕੁਛ। ਅਤੇ ਅੱਛਾ, ਮੈਂ ਨਹੀਂ ਜੱਜ ਕਰਾਂਗਾ ਕਿਸੇ ਨੂੰ ਕੋਈ ਗਲਤ ਹੈ ਕੋਈ ਠੀਕ ਹੈ। ਠੀਕ ਹੈ, ਮਤਲਬ ਹੈ ਕਿ ਜੋ ਚੀਜ਼ਾਂ ਹੋ ਰਹੀਆਂ ਨੇ ਮੈਂ ਤੁਹਾਨੂੰ ਦਿਖਾਵਾਂਗਾ। ਠੀਕ ਹੈ, ਪਿੰਡ ਵਿੱਚ ਕੀ ਹੋ ਰਿਹਾ? ਸਾਡੇ ਇੱਥੇ ਸ਼ੀਆ ਦਰਾਤ ਵੀ ਰਹਿੰਦੇ ਨੇ, ਸੁੰਨੀ ਰਹਿੰਦੇ ਨੇ, ਸਾਰੇ ਕੀ ਕਰਦੇ ਨੇ। ਮੈਂ ਖੁਦ ਇੰਟਰਸਟਡ ਹਾਂ ਕਿ ਉਹ ਕੀ ਕਰਦੇ ਨੇ, ਦੇਖਦੇ ਹਾਂ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਅਤੇ ਦੇਖੋ ਫਿਰ ਕੀ ਹੁੰਦਾ। ਅਤੇ ਹੁਣ ਜੀ ਉੱਠੇ ਹਾਂ ਜੀ ਸੁਬਹਾ ਸੁਬਹਾ, ਅਤੇ ਹੁਣ ਹੈ ਜੀ ਇਹ 7:30 ਦਾ ਟਾਈਮ ਹੈ, ਅਤੇ ਕਬਰਸਤਾਨ ਚੱਲੇ ਹਾਂ। ਉੱਥੇ ਜਾ ਕੇ ਐਤ ਪੱਕਾ ਹੁੰਦਾ ਨੇ ਕਬਰਸਤਾਨ ਜਾਣਾ। ਅਤੇ ਚਲੋ ਚੱਲਦੇ ਹਾਂ ਉੱਥੇ ਕਬਰਸਤਾਨ, ਤੋਂ ਨਾਂ ਦਿਖਾਉਂਦੇ ਹਾਂ ਜੀ ਕੈਸਾ ਜਾ ਰਿਹਾ ਸਭ ਕੁਛ। ਮਰਨਾ ਲੈਣਾ ਫੜ, ਮੈਂ ਬਾਲਟੀਆਂ ਚੁੱਕ ਲਿਆਵਾਂ ਦੂਜਾ ਟੱਬ ਚ। ਸਾਡਾ ਤਾਂ ਬੜਾ ਰੱਬ ਦਾ ਕਰਮ ਰਿਹਾ, ਸਵੇਰੇ ਕਬਰਸਤਾਨ ਗਏ ਹਾਂ, ਸਵੇਰੇ ਉੱਠੇ ਹਾਂ, ਘਰਦਿਆਂ ਨੂੰ ਆਖਿਆ ਚਾਹ ਦਿਓ, ਠੀਕ ਹੈ, ਚਾਹ ਪੀਤੀ ਹੈ। ਉਹ ਨਾਲ ਹੀ ਨਾ ਚਾਹ ਪੀ ਕੇ ਨਿੱਕਿਆਂ ਨਾਲ ਲਾ ਪਿਆ, ਅਤੇ ਨਾਲ ਹੀ ਬਿਨਸ਼ ਨੇ ਇੱਕ ਰੋਟੀ ਲੈਣ ਦੀ, ਮੈਂ ਆਖਿਆ ਕਾਵਾਂ ਤਾਂ ਬੁਕਾ ਲਈ, ਉਹ ਚਨਿਆਂ ਕਾਲਿਆਂ ਦਾ ਸਾਲਣਾ ਸੀ ਹੈਂ, ਅਤੇ ਨਾਲ ਇੱਕ ਮਰਚ ਸੀ ਅਚਾਰ ਦੀ, ਇਹ ਕੰਬੀ ਸੀ ਆ ਨਾਲ, ਉਹ ਬੜਾ ਹੀ ਮਜ਼ਾ ਆਇਆ। ਮੈਂ ਆਖਿਆ ਹੁਣ ਬਿਨਸ਼ ਨੂੰ ਆਖ ਬੈਠਾ ਵੀ ਇੱਕੋ ਹੀ ਪਕਾਈ। ਕੰਮ ਜਿਹੜਾ ਮਜ਼ੇਦਾਰ ਹੋ ਗਿਆ। ਮੈਂ ਆਖਿਆ ਹੁਣ ਨਾ ਇੱਕ ਤਾਂ ਹੀ ਗੁਜ਼ਾਰਾ ਕਰਨਾ ਹੀ। ਫਿਰ ਕਬਰਸਤਾਨ ਤੁਰ ਗਏ ਹਾਂ ਅੱਗੇ, ਫਿਰ ਕਬਰਸਤਾਨ ਜਾ ਕੇ ਵਾਹਵਾ ਝੜ ਲਾ ਰਹੇ ਹਾਂ, ਮਗਰੂ ਸ਼ਹਿਜ਼ਾਦ ਵੀ ਟੁਰ ਗਏ ਨੇ, ਚੌਧਰੀ ਤਾਰਕ ਟੁਰ ਗਿਆ, ਫਿਰ ਉਹਨਾਂ ਨਾਲ ਲੱਗੇ ਰਹੇ ਹਾਂ ਉੱਥੇ। ਅਤੇ ਮਨਸ਼ਾ ਤਾਂ ਇਹ ਫਿਰ ਕੋਈ ਕਰਦੇ ਰਹੇ ਨੇ, ਕੰਮ ਸੋਹਣਾ ਹੋ ਗਿਆ। ਉਸ ਤੋਂ ਬਾਅਦ ਇਹ ਟੁਰਿਆ ਇਨਕਾਰ ਪਰਲੀ ਕਬਰਸਤਾਨ 'ਚ, ਤਾਂ ਮੈਂ ਉੱਥੇ ਹੀ ਆ। ਉਹ ਪਾਣੀ ਅਸਾਂ ਕੀ ਦੇਣਾ, ਸਾਵਣ 'ਚ ਜ਼ਿਆਦਾ ਸ਼ਿਕੰਜੀ ਵੀ ਚੱਲਦੀ ਹੈ ਅਤੇ ਚੱਲਦੀ ਹੈ ਜਾਮੇ ਸ਼੍ਰੀ ਰੂਵੇ ਫਸਾ। ਅਸੀਂ ਮਾੜੇ ਬੰਦੇ, ਅਸੀਂ ਜੜਾ ਪਾਣੀ ਦੇ ਲਿਆ, ਕਿਉਂ ਪੂਰਾ ਗੁਜਰਾਤ ਖਾਲੀ ਸੀ। ਬਾਬੇ ਡੇਰੇ ਵੀ ਤੱਤੇ ਪਾਣੀ ਨਾਲ ਨਾਨ ਖਾਧਾ। ਅੱਛਾ ਲੱਗੇ ਨੇ ਜੀ ਕੰਮ ਕਰਨ, ਸਹੀ ਹੈ। ਅੱਛਾ ਸਾਡਾ ਮੁਹਰਮ ਅੱਜ ਸਹੀ ਰਿਹਾ ਸੀ, ਮਤਲਬ ਜਿਹੜੀ ਮੈਚ ਹੀ ਦੇਖੀ, ਬੜਾ ਟਾਈਮ ਹੋ ਗਿਆ ਸੀ ਮਨੂ ਨੇ ਇੱਥੇ ਦੇਖਿਆ, ਅਤੇ ਕਬਰਸਤਾਨ ਜਾਂਦੇ ਨੇ ਉਹ ਨਾਲ ਗਿਆ ਸੀ ਦੇਖਿਆ, ਉਹਨੂੰ ਵੀ ਵੈਸੇ ਜ਼ਿਆਦਾ ਜਾਣਾ ਚਾਹੀਦਾ,
ਅਤੇ ਕਈ ਕਬਰਾਂ ਦੇਖ ਲੱਗਦਾ ਲੋਕ ਸਾਰੀ 'ਚ ਇੱਕ ਵਾਰੀ ਆਉਂਦੇ ਨੇ, ਲੈ ਕੇ ਜ਼ਿਆਦਾ ਜਾਣਾ ਚਾਹੀਦਾ, ਅੱਛੀ ਗੱਲ ਹੈ। ਅਤੇ ਬਾਕੀ ਹੈ ਜ਼ਿਆਦਾ ਦੇਖਿਆ ਲੋਕ ਪਾਣੀ ਬਣ ਰਹੇ ਸੀ, ਮਤਲਬ ਜਿੱਥੇ ਜਾਓ ਪਾਣੀ ਦਿੰਦੇ ਨੇ। ਅਤੇ ਆਹੀ ਸਾਡਾ ਦਿਨ ਸੀ, ਮਤਲਬ ਪੂਰਾ ਦਿਨ ਘਰ ਬੈਠੇ ਨੇ, ਛੁੱਟੀ ਹੈ, ਸਭ ਕੁਝ ਬੰਦ ਆ, ਗੁਜਰਾਤ ਫੇਰਾ ਲਾਇਆ ਇੱਕ, ਅਤੇ ਖਾਲਮ ਖਾਲੀ ਸੀ ਸਾਰਾ ਗੁਜਰਾਤ, ਅਤੇ ਬਸ ਫਿਰਦੇ ਟੁੱਟਦੇ ਫਿਰ ਵਾਪਸ ਘਰ ਆ ਗਏ ਹਾਂ। ਗਰਮੀ ਸੀ ਬਹੁਤ ਜ਼ਿਆਦਾ, ਅੱਜ ਘਰ ਇੰਝ ਹੋਇਆ ਸੀ, ਅਬਸ ਹੋਈ ਸੀ ਅਤੇ ਤਾਂ ਬਾਹਰ ਨਿਕਲੇ ਸੀ। ਤੁਹਾਡਾ ਕਿਹੜਾ ਐਕਸਪੀਰੀਅੰਸ ਰਿਹਾ? ਬਹੁਤ ਜ਼ਿਆਦਾ ਗਰਮੀ ਸੀ। ਅੱਛਾ, ਬਹੁਤ ਹੀ। ਫਿਰ ਹੋਰ ਆ ਪਸੀਨੇ ਛੁੱਟੇ ਸਾਰਿਆਂ ਦੇ, ਅੱਜ ਚੰਗੇ ਸੀ ਆ ਕੇ, ਅਸੀਂ ਨਹਾ ਕੇ ਅਤੇ ਫਿਰ ਆ ਕੇ ਦੁਪਹਿਰਾਂ ਨਹਾਤੇ, ਸੁਬਹ ਨਹਾ ਕੇ ਗਏ ਫਿਰ ਆ ਕੇ ਨਹਾਤੇ, ਕਿੰਨੀ ਕੋਈ ਗਰਮੀ ਹੋਈ ਸੀ, ਬਹੁਤ ਜ਼ਿਆਦਾ ਗਰਮੀ ਸੀ ਕਬਰਸਤਾਨ। ਜਾ ਨਹੀਂ, ਕਬਰਸਤਾਨ ਗਰਮੀ ਤਾਂ ਹੋਣੀ, ਉੱਥੇ ਕੋਈ ਦਰਖਤ ਸ਼ਰਫ ਵੀ ਕੋਈ ਨਾ, ਕੋਈ ਐਸੀ ਜਗ੍ਹਾ ਸੀ ਨਾ, ਤੁਸੀਂ ਮਤਲਬ ਮਿੱਟੀ ਪਾਣੀ ਹੁੰਦੀ ਹੈ, ਫਿਰ ਪਸੀਨਾ ਤੇ ਇੱਕ ਵਾਰੀ ਆਉਂਦੇ ਨਾ। ਤੁਹਾਡਾ ਐਕਸਪੀਰੀਅੰਸ ਕੈਸਾ ਰਿਹਾ? ਸਹੀ ਰਿਹਾ? ਠੀਕ ਹੀ ਰਿਹਾ। ਸਹੀ ਰਿਹਾ ਨਾ? ਹਾਂਜੀ। ਜਾ ਜੀ, ਇਹ ਸਾਡਾ ਦਿਨ ਸੀ ਅੱਜ, ਚਾਚਾ ਜੀ ਕਹਿ ਰਹੇ ਸੀ ਕਿ ਬੜੀ ਗਰਮੀ ਹੈ, ਅਤੇ ਅਸੀਂ ਕਿਹਾ ਮੰਜੀ ਸਾਡੀ ਸੈੱਟ ਕਰੋ, ਇੰਜ ਹੈ ਕਿ ਨਹੀਂ? ਦੱਸਦੇ ਨੇ ਪਿਓ, ਉਹਨਾਂ ਨੇ ਪਸੀਨੇ ਛੁੱਟੇ ਨੇ ਹੁਣ, ਇਸ ਟਾਈਮ ਬਣ ਗਈ ਹੈ ਮੰਜੀ, ਬਣ ਗਈ ਹੈਗੇ, ਮੁੱਕ ਗਿਆ ਕੰਮ।